ਦੋਸਤੋ ਆਸਟ੍ਰੇਲੀਆ ਵਿੱਚ ਇੱਕ ਕਹਾਵਤ ਮਸ਼ਹੂਰ ਹੈ ਖਾ ਖਾ ਕੇ ਧੱਕੇ ਅਸੀਂ ਹੋਗੇ ਪੱਕੇ ਹਾਂਜੀ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਪਰਿਵਾਰ ਦੀ ਵੀਜ਼ਾ ਕਹਾਣੀ ਸ਼ੇਅਰ ਕਰਨ ਜਾ ਰਿਹਾ ਜਿਹੜੀ ਸੁਣ ਕੇ ਤੁਹਾਨੂੰ ਲੱਗੂਗਾ ਕਿ ਆਸਟ੍ਰੇਲੀਆ ਵਿੱਚ ਅਸੀਂ ਜਦੋਂ ਵੀ ਇਮੀਗ੍ਰੇਸ਼ਨ ਨਾਲ ਹੱਥ ਮਿਲਾਉਣਾ ਹੈ ਤੁਸੀਂ ਇਹ ਸਮਝ ਲੈਣਾ ਕਿ ਇਮੀਗ੍ਰੇਸ਼ਨ ਇੱਕ ਕਰੰਟ ਦੀ ਤਾਰ ਹੈ ਜੇ ਤੁਸੀਂ ਉਹ ਨੰਗੀ ਫੜ ਲੋਗੇ ਤੇ ਤੁਹਾਨੂੰ ਕਰੰਟ ਬਹੁਤ ਜ਼ੋਰ ਦੀ ਪੈਣਾ ਹੈ ਹਾਂਜੀ ਦੋਸਤੋ ਇਹ ਮੇਰੇ ਕੋਲ ਚਾਰ ਪੇजेस ਨੇ ਪਹਿਲਾ ਮੈਂ ਤੁਹਾਨੂੰ ਦਿਖਾ ਰਿਹਾ ਜੀ 31 ਜਨਵਰੀ 2019 ਨੂੰ 489 ਜਿਹੜਾ ਵੀਜ਼ਾ ਜਿਹਨੂੰ ਆਪਾਂ ਪੀਆਰ ਵੀਜ਼ਾ ਵੀ ਕਹਿ ਸਕਦੇ ਹਾਂ ਇਹ ਪਾਇਆ ਜਾਂਦਾ ਅਸੀਂ yellow pen ਨਾਲ ਹਾਈਲਾਈਟ ਕੀਤਾ ਤੇ ਉਹਨਾਂ ਨੂੰ ਚਿੱਠੀ ਆਉਂਦੀ ਹੈ ਕਿ ਤੁਹਾਡਾ ਐਕਸਪੀਰੀਅੰਸ ਐਜ਼ ਅ ਸ਼ੈਫ ਜਾਲੀ ਹੈ ਕਿਉਂਕਿ ਅਸੀਂ ਤੁਹਾਡੇ ਬੌਸ ਦੀ ਵੀ ਇੰਟਰਵਿਊ ਲਈ ਹੈ ਤੁਹਾਡੀ ਇੰਟਰਵਿਊ ਲਈ ਹੈ ਦੋਨਾਂ ਦੇ ਜਿਹੜੇ ਸਵਾਲ ਜਵਾਬ ਹੈ ਉਹ ਨਹੀਂ ਮਿਲਦੇ ਤੇ ਉਹਨਾਂ ਨੂੰ ਚਿੱਠੀ ਆਉਂਦੀ ਹੈ ਕਿ ਅਸੀਂ ਤੁਹਾਨੂੰ ਜਿਹੜਾ ਵੀਜ਼ਾ ਉਹ ਕਿਉਂ ਦਈਏ ਸਾਨੂੰ ਦੱਸੋ ਜਵਾਬ ਲਿਖ ਕੇ ਭੇਜਿਆ ਜਾਂਦਾ ਪਰ ਦੁੱਖ ਦੀ ਗੱਲ ਹੈ ਕਿ 5 ਅਗਸਤ 2021 ਨੂੰ ਇਸ ਪਰਿਵਾਰ ਦਾ 489 ਵੀਜ਼ਾ ਉਹ ਨਾ ਕਰ ਦਿੰਦੇ ਨੇ ਰਿਫਿਊਜ਼ ਕਰ ਦਿੰਦੇ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਵੀਜ਼ਾ ਰਿਫਿਊਜ਼ ਹੋ ਚੁੱਕਿਆ ਜੀ ਉਸ ਤੋਂ ਬਾਅਦ ਉਹ ਆਉਂਦੇ ਆ ਜੀ ਬਾਜਵਾ ਇਮੀਗ੍ਰੇਸ਼ਨ ਕੋਲ ਕਿ ਸਾਡਾ ਵੀਜ਼ਾ ਰਿਫਿਊਜ਼ ਹੋ ਗਿਆ ਸਾਡੇ ਦੋ ਬੱਚੇ ਆ ਜੀ ਅਸੀਂ ਕੀ ਕਰੀਏ ਅਸੀਂ ਇਸ ਕੰਟਰੀ ਚ ਆਲਰੇਡੀ 10 ਸਾਲ ਇਨਵੈਸਟ ਕਰ ਚੁੱਕੇ ਆ ਅਸੀਂ ਅਜੇ ਸ਼ੈਫ ਜੈਨੂਨ ਕੰਮ ਕੀਤਾ ਪਰ ਸਾਡੇ EMPLOYER ਨੇ ਜਦੋਂ ਇੰਟਰਵਿਊ ਦਿੱਤੀ ਤੇ ਉਹਨੇ ਕੁਝ ਇਦਾਂ ਦੇ ਜਵਾਬ ਦੇ ਦਿੱਤੇ ਜਿਨ੍ਹਾਂ ਸਾਡੀ ਜ਼ਿੰਦਗੀ ਬਰਬਾਦ ਹੋ ਗਈ ਹੈ ਦੋਸਤੋ ਕੇਸ ਅਫਸਰ ਨੇ ਇਦਾਂ ਦੇ ਸਵਾਲ ਵੀ ਪੁੱਛੇ ਕਿ ਆਹ ਕੜੀ ਵਿੱਚ ਕਿਹੜੀ ਸੌਸ ਪੈਂਦੀ ਹੈ ਸੋ ਕੇਸ ਅਫਸਰ ਵੀ ਮਾਸ਼ਾਅੱਲਾ ਬਹੁਤ ਵਧੀਆ ਸੀਗਾ ਸੋ ਦੋਸਤੋ ਜਦੋਂ ਵੀਜ਼ਾ ਰਿਫਿਊਜ਼ ਹੋ ਗਿਆ ਸਾਡੇ ਕੋਲ ਆਏ ਅਸੀਂ ਕਿਹਾ ਜੀ ਟੈਨਸ਼ਨ ਨਾ ਲੋ ਸਾਡੇ ਕੋ 18 ਸਾਲ ਦਾ ਐਕਸਪੀਰੀਅੰਸ ਹੈਗਾ ਇਮੀਗ੍ਰੇਸ਼ਨ ਦੇ ਨਾਲ ਮੱਥਾ ਮਾਰਨ ਦਾ ਸੋ ਹਰ ਇੱਕ ਦਾ ਸਹਾਰਾ ਬਾਜੂ ਇਮੀਗ੍ਰੇਸ਼ਨ ਹਮਾਰਾ ਦੋਸਤੋ ਫਿਰ ਕੀ ਹੁੰਦਾ ਜੀ 12 ਅਕਤੂਬਰ 12 2023 12th ਆਫ ਅਕਤੂਬਰ 2023 ਵਿੱਚ ਅਸੀਂ 80 ਜਿਹੜੀ ਅਸੀਂ ਪਾਈ ਆ ਉਹਨੂੰ ਅਸੀਂ ਜਿੱਤ ਜਾਂਦੇ ਆ ਕਿਉਂਕਿ ਉੱਥੇ ਮੈਂ ਬੈਨਾ ਵਾਂ ਜਿਹੜੀ ਕੁੜੀ ਆ ਉਹ ਬੈਂਦੀ ਆ ਉਹਨਾਂ ਦੇ ਇੰਟਰਵਿਊ ਕੇਸ ਅਫਸਰ ਨੇ ਦੋ ਵਾਰੀ ਲਈ ਜੀ ਤਿੰਨ ਤਿੰਨ ਘੰਟੇ ਉਹਨੇ ਪਹਿਲਾਂ 80 ਬੁਲਾਈ ਉਹ ਕਹਿੰਦੀ ਮੈਂ ਸੈਟੀਸਫਾਈ ਨਹੀਂ ਹੈਗੀ ਫਿਰ ਉਹਨੇ ਦੁਬਾਰਾ ਸਾਨੂੰ ਬੁਲਾਇਆ ਜੀ ਤੇ ਮੈਂ ਵੀ ਫੋਨ ਤੇ ਸੀਗਾ ਮੇਰੀ ਕਲਾਇੰਟ ਵੀ ਫੋਨ ਤੇ ਸੀ ਮੇਰੇ ਦਫਤਰ ਵਿੱਚ ਦੂਜੇ ਪਾਸੇ ਜਿਹੜਾ ਜਿਹਨੂੰ ਆਪਾਂ ਮੈਂਬਰ ਕਹਿੰਨੇ ਆ ਜੱਜ ਕਹਿੰਨੇ ਆ ਉਹਨੇ ਲਈ ਜੀ ਇੰਟਰਵਿਊ ਤੇ ਮੈਂ ਉੱਥੇ ਬੈਠਾ ਸੀਗਾ ਮੈਂ ਵੀ ਉਹਨਾਂ ਦੇ ਬਿਹਾਫ ਤੇ ਸਬਮਿਸ਼ਨ ਕੀਤੀ ਸੋ ਉਸ ਤੋਂ ਬਾਅਦ ਜਾ ਕੇ ਜਿਹੜਾ ਕੇਸ ਹੈ ਏ ਏ ਟੀ ਵਿੱਚ ਸਾਡਾ ਪ੍ਰੂਵ ਹੈ ਤੁਸੀਂ ਦੇ ਸਕਦੇ ਹੋ ਅਸੀਂ yellow pen ਨਾਲ ਹਾਈਲਾਈਟ ਕੀਤਾ ਹੈ ਪਰਿਵਾਰ ਵਿੱਚ ਦੋ ਉਹਨਾਂ ਦੇ ਬੱਚੇ ਤੇ ਹਸਬੰਡ ਵਾਈਫ ਦੋਸਤੋ ਕਿੰਨਾ ਔਖਾ ਹੋ ਜਾਂਦਾ ਹੈ ਜਦੋਂ ਕਿਸੇ ਇਨਸਾਨ ਨੇ ਆਸਟ੍ਰੇਲੀਆ ਵਿੱਚ 10-15 ਸਾਲ گزارੇ ਹੋਣ ਤੇ ਉਹਦੀ ਪੀਆਰ ਦੀ ਫਾਈਲ ਜਿਹੜੀ ਹੈ ਉਹ 4 ਸਾਲ ਜਿਹੜੀ ਹੈ ਰੁਲਦੀ ਰਵੇ ਗਲਤੀ ਸਿਰਫ ਕੀ ਹੈਗੀ ਕਿ EMPLOYE ਨੇ ਜਿਹੜੇ ਜਵਾਬ ਦਿੱਤੇ ਉਹ ਥੋੜੇ ਜਿਹਾ ਲਾਪਰਵਾਹੀ ਦੇ ਦਿੱਤੇ ਤੇ ਇਹਨਾਂ ਦੀ ਜ਼ਿੰਦਗੀ ਹੋ ਗਈ ਸੀ ਬਰਬਾਦ ਦੋਸਤੋ ਇਹ ਕੇਸ ਜਿਹੜਾ ਨਵੰਬਰ ਵਿੱਚ ਕਲੀਅਰ ਹੋ ਗਿਆ ਸੀ ਸਾਡੇ ਕੋਲ ਬਟ ਕਿਉਂਕਿ ਮੈਂ ਸਾਰਾ ਦਸੰਬਰ ਬਿਜ਼ੀ ਸੀਗਾ ਤੇ ਮੈਂ ਵੀਡੀਓ ਨਹੀਂ ਬਣਾ ਪਾਇਆ ਸੋ ਅਸੀਂ ਔਖੇ ਔਖੇ ਕੇਸਿਸ ਦੀ ਵੀਡੀਓ ਬਣਾ ਕੇ ਹਮੇਸ਼ਾ ਪਾਣਿਆ ਤਾਂ ਕਿ ਤੁਹਾਨੂੰ ਲੋਕਾਂ ਨੂੰ ਇੱਕ ਹੌਸਲਾ ਮਿਲ ਸਕੇ ਕਿ ਇਸ ਕੰਟਰੀ ਵਿੱਚ ਪੀਆਰ ਔਖੀ ਨਹੀਂ ਹੈਗੀ ਇੰਪੋਸੀਬਲ ਨਹੀਂ ਹੈਗੀ ਪਰ ਸ਼ਰਤ ਹੈ ਕਿ ਤੁਹਾਡਾ ਜਿਹੜਾ ਸਲਾਹਕਾਰ ਹੈ ਉਹਦੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਸੋ ਦੋਸਤੋ ਮੈਂ ਹੁਣ ਕਾਫੀ ਵੀਡੀਓਜ਼ ਬਣਾ ਕੇ ਪਾ ਰਿਹਾ ਸਿਰਫ ਉਹਨਾਂ ਕੇਸਿਸ ਦੀ ਜਿਹੜੇ ਕੇਸ ਬਹੁਤ ਹੀ ਟ੍ਰੀਕੀ ਸੀਗੇ ਬਹੁਤ ਹੀ ਔਖੇ ਸੀਗੇ ਸੋ ਦੋਸਤੋ ਕੀ ਹੁੰਦਾ ਜੀ ਤੁਸੀਂ ਦੇਖ ਸਕਦੇ ਹੋ 21st ਆਫ ਨਵੰਬਰ 2023 ਨੂੰ ਉਹਨਾਂ ਦਾ 489 ਵੀਜ਼ਾ ਇਮੀਗ੍ਰੇਸ਼ਨ ਡਿਪਾਰਟਮੈਂਟ ਅਪਰੂਵ ਕਰਦੀ ਹੈ 80 ਚ ਜਿੱਤਣ ਤੋਂ ਬਾਅਦ ਸੋ ਦੋਸਤੋ ਉਹੀ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਨੇ ਕਿਹਾ ਕਿ ਤੁਹਾਡਾ ਐਕਸਪੀਰੀਅੰਸ ਜਲੀ ਹੈ ਤੁਹਾਨੂੰ ਵੀਜ਼ਾ ਸੀ ਨਹੀਂ ਦੇਣਾ ਬਾਅਦ ਇਮੀਗ੍ਰੇਸ਼ਨ ਇਹਨਾਂ ਦਾ 80 ਪੰਦਾ ਹੈ ਉੱਥੇ ਇਹਨਾਂ ਦੇ ਨਾਲ ਬਹਿ ਕੇ ਅਸੀਂ ਕੇਸ ਆਫਸਰ ਨਾਲ ਗੱਲਬਾਤ ਕਰਦੇ ਹਾਂ ਪੂਰੀ ਇੰਟਰਵਿਊ ਹੁੰਦੀ ਹੈ ਦੋ ਸਾਨੂੰ ਤਰੀਕਾ ਮਿਲਦੀਆਂ ਦੋਨੋਂ ਤਰੀਕਾ ਵਿੱਚ ਤਿੰਨ ਤਿੰਨ ਘੰਟੇ ਜਿਹੜਾ ਵਾ ਉਹ ਕੇਸ ਆਫਸਰ ਕੁੜੀ ਨੂੰ ਗ੍ਰਿਲ ਕਰਦਾ ਤੇ ਨਾਲ ਮੈਂ ਵੀ ਬੈਠਾ ਸੀਗਾ ਸੋ ਦੋਸਤੋ ਤੁਸੀਂ ਦੇਖਿਆ ਕਿ ਇਸ ਪਰਿਵਾਰ ਦੀ ਜ਼ਿੰਦਗੀ ਜਿਹੜੀ ਹੈ ਉਹਦੇ ਵਿੱਚ ਕਿਸ ਤਰੀਕੇ ਨਾਲ ਅਸੀਂ ਖੁਸ਼ੀ ਲਿਆਉਣ ਦੀ ਕੋਸ਼ਿਸ਼ ਕੀਤੀ ਹੁਣੇ ਪਰਿਵਾਰ ਬਹੁਤ ਖੁਸ਼ ਹੈ ਪਰ ਦੁੱਖ ਦੀ ਗੱਲ ਕੀ ਹੈਗੀ ਹੈ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਤੁਸੀਂ ਸੌਖਾ ਨਾ ਲਓ ਜੇ ਆਪਣੀ ਆਈਟੇ ਆ ਜਾਂ ਤੇ ਇਹ ਬਹੁਤ ਸਖਤੀ ਨਾਲ ਡਿਸੀਜਨ ਲੈਂਦੇ ਆ ਸੋ ਦੋਸਤੋ ਜੇ ਤੁਸੀਂ ਵੀ ਇਮੀਗ੍ਰੇਸ਼ਨ ਦੇ ਕਿਸੇ ਕੇਸ ਵਿੱਚ ਉਲਝੇ ਹੋਏ ਹੋ ਜਾਂ ਕੋਈ ਵੀ ਐਡਮਿਸ਼ਨ ਕਰवानी ਹੈ ਤੁਸੀਂ ਬਾਜਵਾ ਇਮੀਗ੍ਰੇਸ਼ਨ ਦੇ 18 ਸਾਲ ਦਾ ਐਕਸਪੀਰੀਅੰਸ ਦਾ ਲਾਹਾ ਲੈ ਸਕਦੇ ਹੋ ਸਾਡੇ ਦਫ਼ਤਰ 올ਓਵਰ ਆਸਟ੍ਰੇਲੀਆ ਹੈਗੇ ਜੀ ਸਾਡੀ ਵੈਬਸਾਈਟ ਤੁਸੀਂ ਉੱਪਰ ਦੇਖ ਸਕਦੇ ਹੋ bajwaimmigration.com ਉਥੋਂ ਤੁਸੀਂ ਸਾਡਾ ਪਤਾ ਲੈ ਕੇ ਸਾਨੂੰ ਮਿਲ ਸਕਦੇ ਹੋ ਧੰਨਵਾਦ ਫ্রম ਜੁਜਾਰ ਬਾਜਵਾ ਫ্রম ਬਾਜਵਾ ਮਿਗ੍ਰੇਸ਼ਨ ਮੈਲਬਨ